ਵਿਚਾਰਤਾ ਦਾ ਰੰਗ ਪਾਰਟੀਆਂ ਦੇ ਰੰਗ ਸੱਤਾ ਦਾ ਰੰਗ ਉਹ ਰੰਗ ਜਦੋਂ ਚੜਦਾ ਇਹਨਾਂ ਨੂੰ ਉਦੋਂ ਸਭ ਕੁਝ ਭੁੱਲ ਜਾਂਦੇ ਨੇ ਜਿਹੜੇ ਸਰਕਾਰਾਂ ਦੇ ਅੱਖਾਂ ਦੇ ਤਾਰੇ ਨੇ ਉਹਨਾਂ ਲਈ ਸਰਕਾਰਾਂ ਕੁਝ ਵੀ ਕਰਦੀਆਂ ਨੇ ਇਹ ਅੱਖਾਂ ਦੇ ਤਾਰੇ ਹੀ ਇਸ ਲੈਵਲ ਦੇ ਉੱਤੇ ਆ ਕੇ ਸਟੇਟਮੈਂਟਾਂ ਦਿੰਦੇ ਨੇ ਸਾਨੂੰ ਕਿਤੇ ਚੰਗੀ ਪੋਸਟਿੰਗ ਦੇ ਦਿਓ ਮਾਲਦਾਰ ਸਾਥੋ ਜੋ ਮਰਜ਼ੀ ਕਰਾ ਲੋ ਇਸ ਇਸ ਦੇਸ਼ ਦੇ ਕਿਸਾਨ ਨੇ ਇਸ ਦੇਸ਼ ਨੂੰ ਖੜਾ ਕੀਤਾ ਔਰ ਜਿਹਨੇ ਕਿਸਾਨ ਨਾਲ ਪੰਗਾ ਲਿਆ ਉਹਨੂੰ ਮੂਹ ਦੀ ਖਾਣੀ ਪਈ ਜਿਹੜੀ ਇਹ ਬੋਲੀ ਬੋਲ ਰਹੇ ਨੇ ਅਫਸਰ ਕਿਸ ਦੀ ਸ਼ਹਿਤ ਇਹ ਕਰਦੇ ਨੇ ਤੇ ਕਿਹੜਾ ਰੰਗ ਚੜਿਆ ਹੋਇਆ ਹੈ ਨਾ ਅਫਸਰ ਮੈਨੂੰ ਲੱਗਦਾ ਹੈਗਾ ਕਿ ਉਹੀ ਵਿਚਾਰਧਾਰਾ ਦੇ ਰੰਗ ਪਾਰਟੀਆਂ ਦੇ ਰੰਗ ਸੱਤਾ ਦਾ ਰੰਗ ਉਹ ਰੰਗ ਜਦੋਂ ਚੜਦਾ ਇਹਨਾਂ ਨੂੰ ਉਦੋਂ ਸਭ ਕੁਝ ਭੁੱਲ ਜਾਂਦੇ ਨੇ ਅਫਸਰ ਸ਼ਾਹੀ ਦਾ ਇਸ ਦੇਸ਼ 'ਚ ਪੋਲੀਟਿਕਾਈਜੇਸ਼ਨ ਹੋ ਚੁੱਕਿਆ ਹੈ ਸਿਆਸੀਕਰਨ ਹੋ ਚੁੱਕਿਆ ਹੈ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦਾ ਆਪਣੀਆਂ ਪੋਸਟਿੰਗਾਂ, ਟਰਾਂਸਫਰਾਂ ਰਕਵਾਉਣ ਦੇ ਲਈ ਪੋਸਟਿੰਗ ਲੈਣ ਦੇ ਲਈ ਕੁਝ ਵੀ ਕਰਵਾ ਲਓ ਅਫਸਰਾਂ ਤੋਂ ਇਹ ਹਾਲ ਹੋ ਗਿਆ। ਪੋਸਟਿੰਗ ਮਿਲਣੀ ਚਾਹੀਦੀ ਹੈ ਫਿਰ ਕੋ ਸਰਕਾਰ ਦੇ ਬਲੂ ਆਈਡ ਬੁਆਏ ਹੁੰਦੇ ਨੇ। ਜੀ ਜਿਹੜੇ ਸਰਕਾਰਾਂ ਦੇ ਅੱਖਾਂ ਦੇ ਤਾਰੇ ਹੁੰਦੇ ਨੇ। ਜਿਹੜੇ ਸਰਕਾਰਾਂ ਦੇ ਅੱਖਾਂ ਦੇ ਤਾਰੇ ਨੇ ਉਹਨਾਂ ਲਈ ਸਰਕਾਰਾਂ ਕੁਝ ਵੀ ਕਰਦੀਆਂ ਨੇ। ਇਹ ਅੱਖਾਂ ਦੇ ਤਾਰੇ ਹੀ ਇਸ ਲੈਵਲ ਦੇ ਉੱਤੇ ਆ ਕੇ ਸਟੇਟਮੈਂਟਾਂ ਦਿੰਦੇ ਨੇ। ਕੋਈ ਚੰਗਾ ਉਸਰ ਐ ਸਿਰ ਪਾੜਨ ਦੀ ਗੱਲ ਨਹੀਂ ਕਰੇਗਾ। ਜਿੰਨਾ ਮਰਜ਼ੀ ਕੁਲ ਅਫਸਰ ਹੋਵੇ, ਜਿੰਨਾ ਮਰਜ਼ੀ ਮਾੜਾ ਹੋਵੇ। ਇਸ ਤਰ੍ਹਾਂ ਦੀ ਸਟੇਟਮੈਂਟ ਉਹ ਨਹੀਂ ਦੇਵੇਗਾ। ਜੀ। ਕਿਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਹੋ ਫਿਰ ਕਿਨੂੰ ਕੋਲੋਨੀਅਲ ਮਾਈਂਡ ਨਾ ਕਹੋ। ਵਸਤੀਵਾਦੀ ਮਾਈਂਡ ਨਾ ਕਹੋ। ਉਹੀ ਮਾਈਂਡ ਤਾਂ ਹੈਗਾ ਇਹ ਹੋਰ ਕਿਹੜਾ ਮਾਈਂਡ ਆਗਾ। ਇਸ ਕਰਕੇ ਜਦੋਂ ਇਹਨਾਂ ਨੂੰ ਰੰਗ ਚੜਦਾ ਨਾ ਇਹ ਸਿਆਸਤ ਦਾ ਰੰਗ ਚੜਦਾ ਔਰ ਬੇੜਾਗਰਕ ਸਾਡੇ ਦੇਸ਼ ਦਾ ਅਫਸਰ ਸ਼ਾਹੀ ਨੇ ਬਹੁਤ ਵੱਡੇ ਪਦਰ ਤੇ ਕੀਤਾ। ਅਫਸਰ ਸ਼ਾਹੀ ਨੇ ਇਸ ਕਰਕੇ ਬੇੜਾਗਰ ਕੀਤਾ ਕਿਉਂਕਿ ਅਫਸਰ ਸ਼ਾਹੀ ਸਿਆਸੀ ਲੀਡਰਾਂ ਦੇ ਪੈਰਾਂ 'ਚ ਪਈ ਰਹਿੰਦੀ ਐ। ਸਿਆਸਤਦਾਨਾਂ ਦੇ ਪੈਰਾਂ 'ਚ ਪੈ ਕੇ ਪੋਸਟਿੰਗਾਂ ਲੈਣੀਆਂ ਬਸ। ਵੀ ਸਾਨੂੰ ਕਿਤੇ ਪੋਸਟਿੰਗ ਕਰ ਦੋ ਜੀ ਮੈਨੂੰ ਕਿਤੇ ਐਸਐਸਪੀ ਲਾ ਦੋ ਮੈਨੂੰ ਕਿਤੇ ਡੀਸੀ ਲਾ ਦੋ ਮੈਨੂੰ ਕਿਤੇ ਐਸਡੀਐਮ ਲਾ ਦੋ ਮੈਨੂੰ ਕਿਤੇ ਆਈਜੀ ਲਾ ਦੋ ਆਹ ਕੰਮ ਨੇ ਬਸ ਸਾਨੂੰ ਕਿਤੇ ਚੰਗੀ ਪੋਸਟਿੰਗ ਦੇ ਦੋ ਮਾਲਦਾਰ ਸਾਥੋ ਜੋ ਮਰਜ਼ੀ ਕਰਾ ਲਓ ਇਸ ਕਰਕੇ ਰੰਗ ਜਿਹੜਾ ਚੜਿਆ ਇਹ ਲੋਕਤੰਤਰ ਲਈ ਵਧੀਆ ਨਹੀਂ ਹੈ ਲੋਕਤੰਤਰ ਦੀ ਦੇ ਨਾਲ ਬਦਨਾਮੀ ਵੀ ਹੁੰਦੀ ਹੈ ਪੂਰੀ ਦੁਨੀਆ 'ਚ ਬਦਨਾਮੀ ਹੋਈ ਆ ਇੰਟਰਨੈਸ਼ਨਲ ਮੀਡੀਆ ਤੱਕੇ ਖਬਰਾਂ ਗਈਆਂ ਨੇ ਤਾਂ ਤੁਸੀਂ ਜਦੋਂ ਵੀ ਇਹ ਨਹੀਂਗਾ ਅਸੀਂ ਇਹ ਨਹੀਂ ਕਹਿੰਦੇ ਕਿ ਅਫਸਰਾਂ ਦੇ ਲਈ ਕੁ ਸਿਚੁਏਸ਼ਨ ਜਦੋਂ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਨੇ ਉਹਨਾਂ ਲਈ ਵੀ ਇੱਕ ਸਿਚੁਏਸ਼ਨ ਹੈਂਡਲ ਕਰਨਾ ਇੱਕ ਚੈਲੰਜ ਹੁੰਦਾ। ਇਹੀ ਤਾਂ ਚੱਲ ਇਹੀ ਤਾਂ ਸਿੱਖਿਆ ਹੋਇਆ। ਤੁਸੀਂ ਇੱਕ ਆਰਗੇਨਾਈਜ਼ਡ ਫੋਰਸ ਹੋ। ਕਿਸਾਨ ਕੋਈ ਆਰਗੇਨਾਈਜ਼ਡ ਫੋਰਸ ਥੋੜੀ ਐ। ਉਹ ਤੁਹਾਡੇ ਦੇਸ਼ ਦੇ ਨਾਗਰਿਕ ਨੇ। ਉਹਨਾਂ ਨੂੰ ਥੋੜੀ ਪਤਾ ਹੈਗਾ ਸਾਰੀ ਚੀਜ਼ ਦਾ। ਤੁਹਾਡੇ ਤੁਹਾਨੂੰ ਕਾਨੂੰਨ ਪੜਾਇਆ ਜਾਂਦਾ, ਤੁਹਾਨੂੰ ਦੱਸਿਆ ਜਾਂਦਾ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜੇ, ਇਸ ਤਰ੍ਹਾਂ ਦੇ ਹਾਲਾਤ ਬਣ ਜਾਣ, ਉਹਨਾਂ ਨੂੰ ਨਜਿੱਠਣਾ ਕਿਵੇਂ ਆ, ਉਹਨਾਂ ਹਾਲਾਤਾਂ ਨਾਲ ਕਿਵੇਂ ਲੜਨਾ, ਜਿਵੇਂ ਉਹਨਾਂ ਨੂੰ ਬਿਹ ਇਹ ਟ੍ਰੇਨਿੰਗ ਦਿੱਤੀ ਜਾਂਦੀ ਆ ਬਕਾਇਦਾ ਜੋ ਟ੍ਰੇਨਿੰਗ ਤੁਹਾਡੇ ਕੰਮ ਹੀ ਨਹੀਂ ਆਈ ਜੇ ਤੁਸੀਂ ਸਿਰਫ ਖੱਟਰ ਨੂੰ ਖੁਸ਼ ਕਰਨ ਲਈ ਜੀ ਜਦੋਂ ਜਦੋਂ ਵੀ ਜੇ ਕਿਸਾਨਾਂ ਨਾਲ ਪੰਗੇ ਦੀ ਗੱਲ ਕਰ ਲਈ ਜਾਵੇ ਪਾਏ ਨੇ ਤਾਂ ਇਹਦੇ ਨਤੀਜੇ ਕੀ ਨਿਕਲੇ ਨੇ ਸਰਕਾਰਾਂ ਨੂੰ ਕੀ ਨਤੀਜੇ ਪੁੱਗਣੇ ਦੇ ਦੇਖੋ ਸਰਕਾਰਾਂ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਪਾਰਟੀ ਉਹ ਪਾਰਟੀ ਹੈ ਜਿਹੜੀ ਐਮਰਜੈਂਸੀ ਦੇ ਟਾਈਮ ਸਭ ਤੋਂ ਵੱਡਾ ਵਿਰੋਧ ਕਰਦੀ ਰਹੀ ਕਾਂਗਰਸ ਦਾ ਪ੍ਰਧਾਨ ਮੰਤਰੀ ਮੋਦੀ ਖੁਦ ਸਿੱਖ ਭੇਸ਼ ਚ ਪੱਗ ਬੰਨੀ ਲੋਕੇ ਹੋਏ ਸੀ ਅੰਡਰਗਰਾਉਂਡ ਸੀ ਕਿਉਂਕਿ ਐਮਰਜੈਂਸੀ ਚੱਕੇ ਜਾ ਰਹੇ ਸਾਰੇ ਲੀਡਰ ਉਹਨਾਂ ਤਾਂ ਗੁਜਰਾਤ ਚ ਹੁੰਦੇ ਸੀਗੇ ਪਰ ਇਹਨਾਂ ਨੇ ਇਹਨਾਂ ਨੇ ਤਾਂ ਇਹਨਾਂ ਨੂੰ ਤਾਂ ਸਿੱਖਣਾ ਚਾਹੀਦਾ ਕਿ ਜਿਹੜੇ ਜਿਹੜੇ ਲੋਕਾਂ ਨੇ ਜ਼ੁਲਮ ਕੀਤੇ ਉਹਨਾਂ ਦਾ ਜਵਾਬ ਕੀ ਮਿਲਿਆ ਅਸਲ ਜੋ ਤੁਸੀਂ ਸੱਤਾ ਚ ਆਉਨੇ ਹੋ ਨਾ ਸੱਤਾ ਦਾ ਨਸ਼ਾ ਇਸ ਤਰ੍ਹਾਂ ਦਾ ਨਸ਼ਾ ਸਭ ਤੋਂ ਖਤਰਨਾਕ ਨਸ਼ਾ ਸੱਤਾ ਦਾ ਨਸ਼ਾ ਸੱਤਾ ਦਾ ਨਸ਼ਾ ਤੁਹਾਨੂੰ ਦਿਸਣੋਂ ਬੰਦ ਕਰ ਦਿੰਦਾ ਤੁਹਾਡੇ ਕੰਨਾਂ ਕੋਲ ਸਹੀ ਫੀਡਬੈਕ ਨਹੀਂ ਆਉਂਦਾ ਸੱਤਾ ਦਾ ਨਸ਼ਾ ਤੁਹਾਨੂੰ ਖਤਮ ਕਰ ਦਿੰਦਾ ਇਸ ਦੇਸ਼ ਦੇ ਅੰਦਰ ਜਿੰਨੀਆਂ ਲੜਾਈਆਂ ਹੋਈਆਂ ਨੇ ਉਹ ਲੜਾਈਆਂ ਜਦੋਂ ਵੀ ਤੁਸੀਂ 1907 ਚਲੇ ਜਾਓ ਚਾਚਾਜੀਤ ਸਿੰਘ ਪਗੜੀ ਸੰਭਾਲ ਜੱਟਾ ਲਹਿਰ ਕਿੰਨਾਂ ਨੇ ਮੂੰਹ ਦੀ ਖਾਦੀ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੂੰ ਮੂੰਹ ਦੀ ਖਾਣੀ ਪਈ ਜੀ ਅੰਗਰੇਜ਼ਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਸਰਕਾਰ ਅੰਗਰੇਜ਼ਾਂ ਦੀ ਚਾਚਾਜੀਤ ਸਿੰਘ ਹੁਰੀ ਲੜ ਰਹੇ ਨੇ ਪਗੜੀ ਸੰਭਾਲ ਜੱਟਾ ਲਹਿਰ ਦੇ ਤਹਿਤ ਜੀ ਤੇ ਉਹ ਕਾਨੂੰਨ ਕਿਸਾਨਾਂ ਦੇ ਪੱਖ ਚ ਕਰਾਇਆ ਜਾਂਦੇ ਨੇ ਕਿਸਾਨਾਂ ਦੇ ਲਈ ਅੰਦੋਲਨ ਲੜਾਇਆ ਜਾਂਦਾ ਫਿਰ ਤੁਸੀਂ ਦੇਸ਼ ਦੇ ਅੰਦਰ ਦੇਖ ਲਓ ਚੰਪਾਰ ਅੰਦੋਲਨ ਤੋਂ ਲੈ ਕੇ ਜਿਹੜਾ ਮਰਜ਼ੀ ਅੰਦੋਲਨ ਦੇਖ ਲਓ ਦੇਸ਼ ਦੇ ਅੰਦਰ RAMNUR LOHIA ਦਾ ਦੌਰ ਦੇਖ ਲਓ MINOBA PHAVE ਦਾ ਦੌਰ ਦੇਖ ਲਓ ਹਰ ਦੌਰ ਦੇ ਅੰਦਰ ਕਿਸਾਨੀ ਦੀ ਜਦੋਂ ਆ ਕੇ ਗੱਲ ਕੀਤੀ ਕਿਸਾਨਾਂ ਨੇ ਇਸੇ ਕਰਕੇ ਲਾਲ ਬਾਦਰ ਸ਼ਾਸਤਰੀ ਨੇ ਕਿਹਾ ਸੀ ਨਾ ਜੈ ਜਵਾਨ ਜੈ ਕਿਸਾਨ ਉਹ ਨਾਰਾ ਕਿੱਥੋਂ ਬਣਿਆ ਇਸ ਇਸ ਦੇਸ਼ ਦੇ ਕਿਸਾਨ ਨੇ ਇਸ ਦੇਸ਼ ਨੂੰ ਖੜਾ ਕੀਤਾ ਔਰ ਜਿਹਨੇ ਕਿਸਾਨ ਨਾਲ ਪੰਗਾ ਲਿਆ ਉਹਨੂੰ ਮੂਹ ਦੀ ਖਾਣੀ ਪਈ ਜਿਹੜੀਆਂ ਜਿਹੜੀਆਂ ਸਰਕਾਰਾਂ ਕਿਸਾਨਾਂ ਦੇ ਖਿਲਾਫ ਹੋਈਆਂ ਉਹ ਸਰਕਾਰਾਂ ਸੱਤਾ 'ਚੋਂ ਬਾਹਰ ਹੋਈਆਂ ਉਹ ਸਰਕਾਰਾਂ ਨੂੰ ਰਾਹ ਨਹੀਂ ਮਿਲੇ ਮੁੜ ਕੇ ਉਹ ਸਰਕਾਰਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਔਰ ਕਿੱਡੇ ਵੱਡੇ ਲੀਡਰ ਤੁਸੀਂ ਦੇਖੋ ਚੌਧਰੀ ਚਰਨ ਸਿੰਘ ਚੌਧਰੀ ਚਰਨ ਸਿੰਘ ਕਿਸਾਨਾਂ ਦੇ ਵੱਡੇ ਲੀਡਰ ਸੀ ਉਸ ਤੋਂ ਇਲਾਵਾ ਹਰਿਆਣੇ 'ਚ ਆਜੋ ਤੁਸੀਂ ਸਰ ਛੋਟੂ RAM ਕਿਸਾਨਾਂ ਦੇ ਵੱਡੇ ਲੀਡਰ ਔਰ ਚੋਟਾਲਾ ਪਰਿਵਾਰ 'ਚੋਂ ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ ਉਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਰਹੀਆਂ ਕਿਸਾਨਾਂ ਦੇ ਲਈ ਲੜੇ ਪੰਜਾਬ ਦੇ ਅੰਦਰੋਂ ਵੀ ਬਹੁਤ ਸਾਰੇ ਲੀਡਰਾਂ ਨੇ ਕੁਰਬਾਨੀਆਂ ਕੀਤੀਆਂ ਕਿਸਾਨਾਂ ਦੇ ਲਈ ਇੱਕ ਦੌਰ ਸੀਗਾ ਜਦੋਂ ਸਾਰੇ ਖੜੇ ਹੁੰਦੇ ਸੀ ਅੱਜ ਪੋਲੀਟੀਕਲ ਕਲਾਸ ਵੀ ਉਸ ਤਰ੍ਹਾਂ ਦੀ ਹੋ ਗਈ ਹੈ ਤਾਂ ਸਰਕਾਰਾਂ ਨੂੰ ਇਹ ਸਮਝਣ ਦੀ ਲੋੜ ਹੈ ਔਰ ਜਦੋਂ ਤੱਕ ਤੁਸੀਂ ਇਹ ਸੀਰੀਅਸ ਨਹੀਂ ਹੋਣਗੇ ਜੋ ਤੱਕ ਸਰਕਾਰਾਂ ਇਹ ਗੱਲ ਨਹੀਂ ਮੰਨਣਗੀਆਂ ਕਿ ਭਾਈ ਇਹ ਕਿਸਾਨ ਨੇ ਜਿਹੜੇ ਇਹਨਾਂ ਨੇ ਇਸ ਦੇਸ਼ ਨੂੰ ਖੜਾ ਕੀਤਾ ਮੈਂ ਅਕਸਰ ਕਹਿੰਦਾ ਹੁੰਨਾ ਕੌਣ ਦੇਸ਼ ਨੂੰ ਖੜਾ ਕਰਦਾ ਜਾਂ ਕਿਹਨਾਂ ਨੇ ਕੀਤਾ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਕਿਸਾਨਾਂ ਨੇ ਅਨਾ ਪੈਦਾ ਕੀਤਾ ਮਜ਼ਦੂਰਾਂ ਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਉਹਨਾਂ ਨੂੰ ਨਾ ਹਾਲਾਂਕਿ ਵਿਚਾਰੇ ਉਹ ਹਮੇਸ਼ਾ ਗੁਰਬਦਾਂਚ ਰਹਿੰਦੇ ਨੇ ਪਰ ਇਸ ਦੇਸ਼ ਦੇ ਲਈ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕੌਣ ਕਰਦਾ ਇਸ ਦੇਸ਼ ਨੂੰ ਬਣਾਉਂਦਾ ਕੌਣ ਹਰ ਚੀਜ਼ ਪੈਦਾ ਕੌਣ ਕਰਦਾ ਹਰ ਚੀਜ਼ ਬਣਾਉਂਦਾ ਕੌਣ ਆ ਕਿਸਾਨ ਤੇ ਮਜ਼ਦੂਰ ਉਹੀ ਇਸ ਦੇਸ਼ ਸਭ ਤੋਂ ਵੱਧ ਨੈਗਲੈਕਟ ਹੋਏ ਕਿਉਂਕਿ ਸਰਕਾਰਾਂ ਕਾਰਪੋਰੇਟ ਸੈਂਟ੍ਰਿਕ ਹੋ ਗਈਆਂ ਸਰਕਾਰਾਂ ਕਿਸਾਨ ਪੱਖੀ ਨਹੀਂ ਰਹੀਆਂ ਸਰਕਾਰਾਂ ਕਾਰਪੋਰੇਟ ਪੱਖੀ ਹੋ ਗਈਆਂ ਸਰਕਾਰਾਂ ਮਜ਼ਦੂਰ ਪੱਕੀ ਨਹੀਂ ਰਹੀਆਂ ਸਰਕਾਰਾਂ ਕਾਰਪੋਰੇਟ ਪੱਕੀ ਹੋ ਗਈਆਂ ਸਰਕਾਰਾਂ ਲੋਕ ਪੱਕੀ ਨਹੀਂ ਰਹੀਆਂ ਕਾਰਪੋਰੇਟ ਪੱਕੀ ਹੋ ਗਈਆਂ ਸਰਕਾਰਾਂ ਕੁਦਰਤ ਪੱਕੀ ਨਹੀਂ ਰਹੀਆਂ ਇੰਡਸਟਰੀ ਪੱਕੀ ਹੋ ਗਈਆਂ ਇਹ ਸਾਰੇ ਸਿਸਟਮ ਦੀ ਬਰਬਾਦੀ ਦੀ ਭਾਰਤ ਉਦੋਂ ਲਿਖੀ ਜਾਂਦੀ ਹੈ ਜਦੋਂ ਸਰਕਾਰਾਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਇਸ ਕਰਕੇ ਸਰਕਾਰਾਂ ਨੂੰ ਸਮਝਣ ਦੀ ਲੋੜ ਆ ਮੋਦੀ ਨੂੰ ਵੀ ਸਮਝਣ ਦੀ ਲੋੜ ਆ ਖੱਟਰ ਨੂੰ ਵੀ ਸਮਝਣ ਦੀ ਲੋੜ ਆ ਜੀ ਕਿ ਇਸ ਤਰੀਕੇ ਨਾਲ ਨਹੀਂ ਹੈ ਸਾਰ ਲੋਕ ਕਿਸਾਨਾਂ ਦੀ ਮਸਲੇ ਦਾ ਹੱਲ ਕਰੋ ਤੁਸੀਂ ਜਦੋਂ ਹੀ ਟੈਸਟ ਕਰਨ ਦੀ ਮੈਂ ਤਾਂ ਮੈਨੂੰ ਇਹ ਲੱਗਦਾ ਕਿ ਵੋਟਰ ਟੈਸਟ ਕਰਦੇ ਨੇ ਜਿਹੜਾ ਕੱਲ ਵਾਲਾ लाठी चार्ज ਵੀ ਆ ਪਰਸਨ ਵਾਲਾ ਉਹ ਇੱਕ ਬੜਾ ਸੋਸ ਸਮਝ ਕੇ ਕੀਤਾ ਗਿਆ लाठी चार्ज ਆ ਲੱਗਦਾ ਕਿ ਟੈਸਟ ਕਰਕੇ ਦੇਖੋ ਇਹਨਾਂ ਚ ਦਮ ਹੈਗਾ ਮਾੜਾ ਜਿਹਾ लाठी चार्ज ਹੋਇਆ ਸਾਰਾ ਦੇਸ਼ ਛੁੱਟ ਕੇ ਖੜਾ ਹੋ ਗਿਆ ਫਿਰ ਜਾਣ ਪੈਗੀ ਕਿਸਾਨ ਅੰਦੋਲਨ ਚ ਇਸ ਕਰਕੇ ਇਹ ਟੈਸਟ ਨਾ ਕਰੋ ਮਸਲੇ ਦਾ ਕੋਈ ਹੱਲ ਕੱਢੋ ਤੁਹਾਡੀ ਦੇਸ਼ ਦੇ ਲੋਕ ਨੇ ਤੁਹਾਡੀ ਦੇਸ਼ ਦੇ ਕਿਸਾਨ ਨੇ ਸਾਰਾ ਦੇਸ਼ ਮਿਲ ਜੁਲ ਕੇ ਅੱਗੇ ਵਧੇ ਨਾ ਕਿ ਆਪਣੇ ਦੇਸ਼ 'ਚ ਇਸ ਤਰ੍ਹਾਂ ਦੀਆਂ ਕੰਟਰਡਿਕਸ਼ਨਾਂ ਪੈਦਾ ਹੋਣ